ਮੈਂ ਨਾ ਤੁਹਾਡੇ ਪਿੰਡ ਜਾ ਰਿਹਾ ਜਿੱਥੇ ਤੁਸੀਂ ਜੰਮੇ ਹੋ। ਜ਼ਿੰਦਗੀ ਰਹੀ ਤਾਂ ਦੁਬਾਰਾ ਆਵਾਂਗਾ ਇਸ ਪਿੰਡ ਨੂੰ, ਮੇਰਾ ਝੁੱਕ ਕੇ ਸਲਾਮ ਮੇਰੇ ਬਜ਼ੁਰਗਾਂ ਦੇ ਪਿੰਡ ਨੂੰ। ਨਨਕਾਣਾ ਸਾਹਿਬ ਤੋਂ ਚੱਲ ਪਿਆ ਜੀ, ਬਾਬੇ ਦਰ 'ਤੇ ਦਰਸ਼ਨ ਹੋਏ, ਬਹੁਤ ਵਧੀਆ, ਮਨ ਬਹੁਤ ਖੁਸ਼ ਹੋਇਆ ਬਾਬੇ ਨਾਨਕ ਦੀ ਧਰਤੀ 'ਤੇ ਆ ਕੇ ਬਾਬੇ ਨਾਨਕ ਦੇ ਘਰ 'ਤੇ ਸਿਜਦਾ ਕਰਕੇ। ਹੁਣ ਨਨਕਾਣਾ ਸਾਹਿਬ ਤੋਂ ਚੱਲ ਪਿਆ ਜੀ ਮੇਰੇ ਪੁਰਖਾਂ ਦੇ ਪਿੰਡ, ਪਿੰਡ ਪੱਕਾ ਕਿਲਾ ਉੱਧਰ ਜਾ ਰਹੇ ਹਾਂ ਜੀ। ਮਨ ਖੁਸ਼ ਵੀ ਬਹੁਤ ਹੈ ਅਤੇ ਉਦਾਸ ਵੀ ਬਹੁਤ ਹੈ। ਕਾਸ਼ ਇਹ 1947 ਨਾ ਹੁੰਦੀ, ਅਸੀਂ ਇੱਥੇ, ਸਾਡੇ ਪੁਰਖ ਇੱਥੇ ਹੁੰਦੇ, ਅਸੀਂ ਵੱਡੇ ਹੁੰਦੇ, ਬਾਬੇ ਨਾਨਕ ਦੇ ਘਰ ਜਾਂਦੇ, ਬਾਬੇ ਨਾਨਕ ਦਾ ਘਰ ਵੇਖਣ ਵਾਸਤੇ, ਮੱਥਾ ਟੇਕਣ ਵਾਸਤੇ ਇੰਨੇ ਸਾਲਾਂ ਦੀ ਵੇਟ ਨਾ ਕਰਨੀ ਪੈਂਦੀ ਸਾਨੂੰ। ਚਲੋ ਤੁਹਾਨੂੰ ਦਿਖਾਉਂਦੇ ਹਾਂ ਸਾਡੇ ਪੁਰਖਾਂ ਦਾ ਪਿੰਡ ਪੱਕਾ ਕਿਲਾ। ਮੈਂ ਕਿਹਾ ਤੁਸੀਂ ਇੰਟਰਨੈਟ ਹੀ ਬੰਦ ਕਰ ਲਿਆ, ਮੈਂ ਨਾ ਤੁਹਾਡੇ ਪਿੰਡ ਜਾ ਰਿਹਾ ਜਿੱਥੇ ਤੁਸੀਂ ਜੰਮੇ ਹੋ, ਅਤੇ ਅਸੀਂ ਪਹੁੰਚ ਜਾਣਾ ਥੋੜ੍ਹੀ ਦੇਰ ਦੇ ਵਿੱਚ, ਅਤੇ ਤੁਹਾਨੂੰ ਦਰਸ਼ਨ ਕਰਾਉਣੇ ਆ। ਹੁਣ ਪਤਾ ਨਹੀਂ ਪਿੰਡ ਨੂੰ ਕਿਹੜੇ ਕਿੰਨੇ ਰਸਤੇ ਵੜਦੇ ਹੋਣਗੇ। ਕਿਲੇ ਦਾ ਦਰਵਾਜ਼ਾ ਦੇਖਣਾ ਪਹਿਲਾਂ, ਦਰਵਾਜ਼ਾ ਵੇਖ ਕੇ ਇੱਕ ਘਰ ਛੱਡ ਕੇ ਦੂਜਾ ਖੱਬੇ ਹੱਥ ਚੜ੍ਹਦੇ ਵਾਲੇ ਪਾਸੇ ਪਿੰਡ ਨੂੰ ਜਾਂਦੇ ਪਏ ਸੀ ਆਪਣਾ। ਨਹਿਰ ਗੁਜ਼ਰ ਗਈ, ਨਹਿਰ ਲੰਘ ਗਈ, ਨਹਿਰ ਦੇ ਕੰਢੇ ਕੰਢੇ ਜਾਂਦੇ ਪਏ, ਨਹਿਰ ਹੀ ਹੈ ਨਾ। ਹਾਂ, ਨਹਿਰ ਨਾਲ ਨਾਲ ਸੂਆ ਜਾਂਦਾ ਪਿਆ, ਸੂਏ ਦੇ ਕੰਢੇ ਕੰਢੇ ਜਾਂਦੇ ਨਹਿਰ ਦੇ। ਇਹ ਪੁਰਾਣਾ ਬਾਪੂ ਜੀ ਸੂਆ, ਪੁਰਾਣਾ ਹੀ ਹੈ ਨਹਿਰ। ਇਹ ਆ ਵੇ ਨਾਲ ਨਾਲ ਆ ਜਾ ਰਿਹਾ, ਨਾਲ ਨਾਲ ਆਵੇ ਕੱਚਾ। ਇਹ ਆ ਗਿਆ ਪਿੰਡ, ਪਿੰਡ ਤੋਂ ਚੜ੍ਹਦੇ ਪਾਸੇ ਬੜੇ ਆ, ਅੱਗੇ ਹੋਣਾ ਅੱਗੇ। ਹਾਂਜੀ, ਚੜ੍ਹਦੇ ਦਾ ਛੱਪੜ, ਪਿੰਡ ਵੜਦੇ ਵੀ ਛੱਪੜ, ਅੱਗੇ ਜਾਂਦੇ ਹਾਂ ਪਤਾ ਲੱਗ। ਪਿੰਡ ਵੜਦਿਆਂ ਤਾਂ ਘਰ ਨਵੇਂ ਬਣੇ ਹੋਏ ਨੇ, ਸਾਰਾ ਆਹ ਪਿੰਡ ਹੈ ਸਾਰਾ। ਇਹ ਪੁੱਛ ਲਈਏ ਪੱਕਾ ਕਿਲਾ ਹੈ ਨਾ, ਕਿਲਾ ਤਾਂ ਨਹੀਂ ਹੈਗਾ ਜੀ, ਗੇਟ ਹੈਗਾ ਵਾ ਕਿਲੇ ਦਾ। ਗੇਟ ਕਿਹੜੇ ਪਾਸੇ? ਬੋਰਡ ਹੁੰਦਾ ਸੀ, ਇੱਥੇ ਬੋਰਡ ਹੁੰਦਾ ਸੀ ਬਾਪੂ ਜੀ ਕਿਸੇ ਵਕਤ, ਦੱਸਿਆ ਸੀ ਬੋਰਡ, ਖੂਹ ਤੇ ਬੋਰਡ, ਖੂਹ ਤੇ ਬੋਰਡ ਹੁੰਦਾ ਸੀ ਇੱਥੇ, ਤੇ ਇੱਥੋਂ ਚੜ੍ਹਾਈ ਚੜ੍ਹ ਕੇ ਇਹ ਚੜ੍ਹਦੀ ਚੜ੍ਹਾਈ ਫਿਰ ਇਹ ਚੜ੍ਹਾਈ ਚੜ੍ਹਦੀ ਕਿਲੇ ਦੇ ਅੰਦਰ ਨੂੰ ਗਲੀ 'ਚ। ਖੱਬੇ ਹੱਥ ਦੂਜਾ ਘਰ ਸੀ, ਕਿਵੇਂ ਖੱਬੇ ਹੱਥ ਦੂਜਾ ਘਰ ਸੀ। ਹਾਂਜੀ, ਖੱਬੇ ਹੱਥ ਇੱਥੇ ਇੱਕ ਮਿੰਟ ਸਾਡਾ ਵੀ ਬਾਬਾ ਆ ਰਿਹਾ ਯਾਰ, ਇਹ ਵੀ ਇੰਡੀਆ ਤੋਂ ਆ ਕੇ ਇੱਥੇ, ਇਹਨਾਂ ਨੇ ਸ਼ੁਰੂ ਤੋਂ ਇੱਥੇ ਹੀ ਵਸੋਂ ਕਰੀ, ਆਹ ਇੰਡੀਆ 'ਚੋਂ ਆਏ ਨੇ, ਪੰਜਾਬ 'ਚੋਂ। ਦੂਸਰਾ ਤੀਸਰਾ ਘਰ ਦੱਸ ਤੁਸੀਂ, ਕਿਵੇਂ ਵੜਦੇ ਨਾਲ ਹੀ ਇੱਕ ਚਮਾਰਾ ਹੁੰਦਾ ਸੀ ਦੁਰਦਾਸ ਸਿੰਘ ਨੰਬਰਦਾਰ ਦਾ।
ਦੂਦਾ ਸਿੰਘ ਨੰਬਰਦਾਰ, ਸਰਦੂਲ ਸਿੰਘ ਸਨ ਔਫ ਨੱਥਾ ਸਿੰਘ, ਹਾਂਜੀ ਉਹ ਘਰ ਸੀ ਉਹਨਾਂ ਦਾ। ਇਹ ਮੇਰੇ ਪਿਤਾ ਜੀ ਇੱਥੋਂ, ਬਾਬੇ ਹੋਰੀ ਨੇ ਇੱਥੇ ਇੰਡੀਆ ਦੇ ਇੱਥੇ ਗਏ ਨੇ ਆਪਣੇ ਇੱਥੋਂ ਇੱਥੋਂ ਦੇ ਜੰਮੇ ਨੇ। ਇੱਥੇ ਬਾਪੂ ਜਵਾਰਾ ਹੁੰਦਾ ਸੀ ਘਰ ਦਾ, ਚਾਚਾ ਜੀ ਨੂੰ ਪਤਾ, ਚਾਚਾ ਜੀ ਵੱਡੀ ਹਵੇਲੀ ਹੁੰਦੀ ਸੀ, ਵੱਡੀ ਹਵੇਲੀ ਹੁੰਦੀ ਸੀ, ਵੱਡੀ ਹਵੇਲੀ ਤਾਂ ਕਿਤਨਾ ਅਰਸਾ ਤੱਕ ਰਹੀ ਹੈ? ਸਾਰੇ ਕੱਚੇ ਹੀ ਹੁੰਦੇ ਜਿੱਥੇ। ਹਾਂ ਹਾਂ ਲਓ ਜੀ, ਤੁਹਾਨੂੰ ਦੱਸਦੇ ਜਾਈਏ ਦੇਖਣ ਵਾਲਿਆਂ ਨੂੰ ਕਿ ਇਹ ਹੈ ਸਾਡੇ ਮਿੱਤਰ ਪਿਆਰੇ ਗੋਲਡੀ ਮੱਲੀ ਸਾਹਿਬ ਹੋਰਾਂ ਦਾ, ਉਹਨਾਂ ਦੇ ਬਾਪ ਦਾ, ਉਹਨਾਂ ਦੇ ਦਾਦੇ ਦਾ, ਉਹਨਾਂ ਦੀਆਂ ਕਈ ਨਸਲਾਂ ਦਾ ਇਹ ਘਰ ਸੀ। ਪਾਰਟੀਸ਼ਨ ਤੋਂ ਬਾਅਦ ਫਿਰ ਇਹ ਇਹਨਾਂ ਨੂੰ ਜਾਣਾ ਪਿਆ, ਇਹ ਚੜ੍ਹਦੇ ਪੰਜਾਬ ਦੇ ਵਿੱਚ ਇਹ ਮੋਗਾ ਦੇ ਵਿੱਚ ਜਾ ਕੇ ਆਬਾਦ ਹੋਏ, ਔਰ ਇਹਨਾਂ ਦੀ ਅੱਜ ਖਾਹਿਸ਼ 'ਤੇ ਅਸੀਂ ਇੱਥੇ ਪਹੁੰਚੇ ਹਾਂ। ਪੱਕਾ ਕਿਲਾ ਹੈ ਨਨਕਾਣਾ ਸਾਹਿਬ ਦੇ ਨਾਲ, ਜਦੋਂ ਅਸੀਂ ਉੱਥੋਂ ਆਉਂਦੇ ਹਾਂ ਪੱਤੋ ਕਿਲੇ ਸਾਈਡ 'ਤੇ ਬਾਈਕ ਅਤੇ ਅਸੀਂ ਇਹਨਾਂ ਨਾਲ ਤੁਹਾਡੀ ਗੱਲ ਕਰਾਉਂਦੇ ਹਾਂ ਕਿ ਇੱਥੇ ਆ ਕੇ ਵੇਖ ਕੇ ਉਹਨਾਂ ਦਾ ਸਾਰਾ ਕਿਵੇਂ ਦਾ ਉਹਨਾਂ ਨੂੰ ਲੱਗਿਆ। ਬਸ ਇਹ ਤਾਂ ਫਿਰ ਜਿਹੜੀਆਂ ਵੰਡਾਂ ਹਨ ਨਾ, ਉਹਨਾਂ ਨੇ ਸਾਰਾ ਸਾਡੇ ਇੱਧਰ ਚਲੇ ਗਏ, ਤੁਹਾਡੇ ਉੱਧਰ ਚਲੇ ਗਏ, ਇੱਧਰ ਉੱਧਰ ਆ ਗਏ, ਤੁਹਾਡੇ ਇੱਧਰ ਉੱਧਰ ਚਲੇ ਗਏ, ਲੱਗ ਪਏ ਆਪਣਾ ਪਿੰਡ ਵੇਖ ਕੇ। ਤੁਸੀਂ ਆ ਗਏ ਹੋ ਦੇਖੋ ਨਾ, ਹੁਣ ਇਤਰੀਆਂ ਅਤੇ ਜਿਹੜੀਆਂ ਆਸਾਨੀਆਂ ਹੋ ਗਈਆਂ, ਤੁਸੀਂ ਆ ਕੇ ਅਤੇ ਆਪਣਾ ਘਰ ਦੇਖ ਰਹੇ ਹੋ। ਇਹੀ ਆ ਕਿ ਆਵਾਜਾਵੀ ਹੁਣ ਰਹੇ, ਆਉਂਦੇ ਜਾਂਦੇ ਰਹੋ, ਸਾਰਾ ਕੁਛ ਉਦਾਸ ਕਰਦੇ ਜੀ ਉੱਧਰੋਂ, ਅਤੇ ਦਿੱਲੀ 'ਚ ਇੱਛਾ ਹੁੰਦੀ ਬੜਾ ਮਨ ਤਪਨਾ ਜਿਹੜੀ ਇੱਕ ਦਿਨ ਦੇ ਵਿੱਚ ਹੁੰਦੀ ਹੈ ਦੇਖ ਕੇ, ਅਤੇ ਉਹ ਮੇਰੇ ਫਾਦਰ ਸਾਹਿਬ ਉਹ ਕਹਿੰਦੇ ਵੀ ਜਾ ਕੇ ਆਈ ਸਾਡਾ ਘਰ ਸੀ ਇੱਥੇ, ਸਾਰੀ ਜ਼ਿੰਦਗੀ ਨਹੀਂ ਉਹ ਭੁੱਲੇ, ਉਹ ਨਹੀਂ ਸਾਰੀ ਜ਼ਿੰਦਗੀ ਭੁੱਲੇ, ਬਿਲਕੁਲ ਨਹੀਂ, ਅਸੀਂ ਨਹੀਂ ਭੁੱਲ ਸਕੇ। ਪਹਿਲੇ ਦਿਨ ਤੋਂ ਸਾਨੂੰ ਛੋਟੇ ਛੋਟੇ ਕਹਾਣੀਆਂ ਸੁਣਾਉਂਦੇ ਨੇ, ਇਹ ਘਰ ਦੀਆਂ, ਤੁਹਾਡਾ ਘਰ ਸੀ ਉੱਥੇ ਇੰਜ ਸੀ, ਉਹ ਇੱਕੋ ਇੱਕ ਨਿਸ਼ਾਨੀਆਂ ਦੱਸਦੇ ਆਏ। ਅੱਛਾ ਤੁਹਾਨੂੰ ਦੱਸਦੇ ਸੀ ਕਿ ਤੁਹਾਡਾ ਘਰ ਸੀ? ਹਾਂ ਤੁਹਾਡਾ ਘਰ ਹੁੰਦਾ ਸੀ, ਅਸੀਂ ਉੱਥੇ ਖੜ੍ਹੇ ਹਾਂ, ਅਸੀਂ ਬੱਚੇ ਸੀ ਉੱਥੇ, ਤਾਂ ਹੀ ਉਹਨੇ ਇੱਕ ਇੱਕ ਨਿਸ਼ਾਨੀ, ਇੱਕ ਇੱਕ ਨਿਸ਼ਾਨੀ ਅੱਜ ਵੀ ਉਹਨਾਂ ਦੇ ਦਿਮਾਗ, ਅਜੇ ਵੀ ਚੇਤੇ ਕਰਕੇ ਰੋਂਦੇ ਨੇ ਬਜ਼ੁਰਗ ਸਾਡੇ, ਬੜੀ ਗੱਲ ਹੈ, ਇੱਕ ਇੱਕ ਨਿਸ਼ਾਨੀ ਉਹਨਾਂ ਰੱਖੀ ਦਿਮਾਗ 'ਚ। ਬਸ ਫਿਰ ਵੇਲਿਆਂ ਦੇ ਜਿਹੜੇ ਫੈਸਲੇ ਹੁੰਦੇ ਨੇ ਨਾ, ਉਹ ਫਿਰ ਆਮ ਲੋਕਾਂ ਨੂੰ ਮੰਨਣੇ ਪੈਂਦੇ ਨੇ, ਮਜ਼ਬੂਰ ਲੋਕਾਂ ਨੂੰ, ਦੇਖੋ ਕੋਈ ਵੀ ਨਹੀਂ ਚਾਹੁੰਦਾ ਸੀ ਨਾ ਉੱਥੋਂ ਉੱਠ ਕੇ ਇੱਥੇ ਆਉਣਾ ਅਤੇ ਨਾ ਇੱਥੋਂ ਕੋਈ ਉੱਠ ਕੇ ਉੱਥੇ ਜਾਣਾ ਚਾਹੁੰਦਾ। ਮੇਰੇ ਚਾਚਾ ਜੀ ਆਏ ਸੀ 7-8 ਸਾਲ ਪਹਿਲਾਂ, ਉਹਨਾਂ ਵਿਚਾਰਿਆਂ ਨੂੰ ਇੰਨਾ ਨਹੀਂ ਪਤਾ ਲੱਗਾ, ਜਦੋਂ ਜਲਦੀ ਜਲਦੀ ਮੈਨੂੰ ਉਹਦੇ ਨਾਲ ਪੁਲਿਸ ਵਗੈਰਾ ਸੀ ਜਥੇ ਨਾਲ ਆਏ ਸੀ, ਉਹ ਛੇਤੀ ਛੇਤੀ ਘੁੰਮਾ ਕੇ ਉਹ ਲੈ ਗਏ, ਉਹਨਾਂ ਜ਼ਿਆਦਾ ਦੇਖਣ ਨਹੀਂ ਦਿੱਤਾ ਉਹਨਾਂ ਨੂੰ। ਚਾਚਾ ਜੀ ਤੁਹਾਨੂੰ ਵੀ ਇਵੇਂ ਯਾਦ ਆਉਂਦਾ ਆਪਣਾ ਪਿਛਲਾ? ਮੇਰੇ ਜਿਹੜੇ ਉਹਨਾਂ ਨੂੰ ਆਏ ਨੇ ਜੀ, ਯਾਦ ਉਹਨਾਂ ਨੂੰ ਤਕਲੀਫ ਹੋਈ,
ਬਾਬੇ ਜੀ ਤੁਹਾਡੇ ਗਵਾਂਢੀ ਉੱਥੋਂ ਆ ਕੇ ਇੱਥੇ ਆ ਕੇ ਬੈਠੇ ਤੇ ਪਹੁੰਚਿਓ ਤੁਸੀਂ ਤੇ ਦੱਸੋ ਕਿਵੇਂ ਦਾ ਫਿਰ ਤੁਹਾਡਾ। ਅਸੀਂ ਦੇਖਦੇ ਰਹੇ ਹਾਂ ਲੇਕਿਨ ਖਾਹਿਸ਼ ਪੂਰੀ ਹੋਈ ਤੇ ਜਿਹੜੇ ਉੱਥੋਂ ਬਾਕੀ ਲੋਕ ਬੈਠੇ ਨੇ ਉਹਨਾਂ ਨੂੰ ਜਾ ਕੇ ਤੁਸੀਂ ਦੱਸਣਾ ਕਿ ਮੈਂ ਘਰ ਤੋਂ ਹੋ ਕੇ ਆਇਆ ਹਾਂ। ਬਿਲਕੁਲ ਇਹ ਖਾਸ ਸੁਨੇਹਾ ਜਿਹੜਾ ਹੈ ਇਹ ਹੋ ਗਿਆ, ਸਾਰਾ ਕੁਛ ਵੰਡ ਪੈ ਗਈ, ਸਾਰਾ ਕੁਛ ਇਹ ਹੈ। ਹੁਣ ਸਰਕਾਰਾਂ ਨੂੰ ਕੀ ਆਖਣਾ ਚਾਹੁੰਦੇ ਹੋ ਕੀ ਕਰਨ? ਸਰਕਾਰ ਆਪਣੇ ਆਪਣੇ ਘਰਾਂ ਦੇ ਜਿਹੜੇ ਕੋਈ ਜੰਮੇ ਜਾਏ ਨੇ, ਜਿਵੇਂ ਸਾਡੇ ਬਜ਼ੁਰਗ ਖੜੇ ਨੇ ਇੱਥੇ, ਇਹਨਾਂ ਦੇ ਵਾਸਤੇ ਵੀ ਪਾਬੰਦੀਆਂ ਨੇ ਕਿ ਉੱਥੇ ਆਪਣੇ ਪਿੰਡ ਪਿੱਛੇ ਨਹੀਂ ਜਾ ਸਕਦੇ ਉੱਧਰ? ਮੈਂ ਤਾਂ ਸਰਕਾਰਾਂ ਅੱਗੇ ਇਹ ਦਰਖਾਸਤ, ਦੋਨਾਂ ਸਰਕਾਰਾਂ ਅੱਗੇ ਜਿਹੜੇ ਵੀ ਬਜ਼ੁਰਗ ਵਿਚਾਰੇ ਰਹਿ ਗਏ ਨੇ ਉਹਨਾਂ ਨੂੰ ਆਪਣੇ ਖਰਚੇ 'ਤੇ ਦੋਨੋਂ ਪਾਸੇ, ਅਗਰ ਨਹੀਂ ਕੋਈ ਕਰ ਸਕਦਾ ਕੋਈ ਸੰਸਥਾ ਬਣੇ ਦੋਨੋਂ ਪਾਸੇ ਆਪਣੇ ਖਰਚੇ 'ਤੇ ਇੱਕ ਦੂਜੇ ਦਾ ਪਿੰਡ ਜਿਹੜੇ ਆਖਰੀ ਸਮੇਂ ਤੱਕ ਉਡੀਕ ਉਡੀਕ ਕੇ ਪੂਰੇ ਹੋ ਰਹੇ ਨੇ ਉਹ ਇੱਕ ਦੂਜੇ ਪਾਸੇ ਜਾਣ, ਆਪੋ ਆਪਣੇ ਘਰਾਂ ਦੇ ਆਪਣੇ ਦਰਸ਼ਨ ਕਰਨ। ਜਿਹੜੇ ਰਹਿ ਗਏ ਨੇ ਪਿੰਡਾਂ ਦੇ, ਉਹਨਾਂ ਦੇ ਮੱਕੇ ਉਹ ਹੀ ਨੇ, ਮਦੀਨੇ ਉਹ ਹੀ ਨੇ, ਉਹਨਾਂ ਦੇ ਗੁਰੂ ਘਰ ਉਹ ਹੀ ਨੇ। ਬਿਲਕੁਲ ਦੋ ਪਾਸੇ ਜਾਣ। ਸਰਕਾਰਾਂ ਨੂੰ ਮੇਰੀ ਹੱਥ ਜੋੜ ਕੇ ਦੋਨਾਂ ਸਰਕਾਰਾਂ ਨੂੰ ਬੇਨਤੀ ਹੈ ਵੀ ਇਹ ਅਰਦਾਸ ਕਬੂਲ ਕਰੋ ਸਾਡੀ, ਇੱਧਰਲੇ ਬਜ਼ੁਰਗਾਂ ਨੂੰ ਉੱਧਰ ਆਪਦੇ ਖਰਚੇ 'ਤੇ ਦਰਸ਼ਨ ਕਰਾ ਕੇ ਦਿਓ, ਉੱਧਰਲੀ ਸਰਕਾਰ ਵੀਜ਼ਾ ਦੇਵੇ ਅਤੇ ਉੱਧਰਲੇ ਬਜ਼ੁਰਗਾਂ ਨੂੰ ਉੱਧਰਲੀ ਸਰਕਾਰ ਇੱਧਰ ਲੈ ਕੇ ਆਵੇ ਆਪਦੇ ਖਰਚੇ 'ਤੇ, ਇੱਧਰਲੀ ਸਰਕਾਰ ਵੀਜ਼ਾ ਦੇਵੇ। ਮੈਂ ਇਸ ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ। ਮੈਂ ਵੀਰਾਂ ਦਾ ਅਹਿਮਦ ਰਜਾ ਜੀ, ਅੰਜੁਮ ਗਿੱਲ, ਫੈਜ਼ਲ ਪ੍ਰਧਾਨ ਸਾਹਿਬ ਦਾ ਛੋਟਾ, ਇਹਨਾਂ ਦਾ ਮੈਂ ਦੇਣ ਹੀ ਨਹੀਂ ਦੇ ਸਕਦਾ। ਇਹ ਵਿਚਾਰੇ ਮੈਨੂੰ ਲੈ ਕੇ ਬਾਰਡਰ ਤੋਂ ਸਾਰਾ ਇੱਥੋਂ ਤੱਕ ਲੈ ਕੇ ਆਏ ਨੇ। ਮੇਰੇ ਪੁਰਖਾਂ ਦਾ ਘਰ, ਚਾਹੇ ਉਹ ਘਰ ਨਹੀਂ ਰਿਹਾ, ਮਿੱਟੀ ਨਹੀਂ ਰਹੀ, ਪਰ ਉਸ ਘਰ ਦੀ ਮਿੱਟੀ ਤਾਂ ਉਹੀ ਹੈ ਸੇਮ। ਬਹੁਤ ਖੁਸ਼ੀ ਹੋਈ ਸਾਨੂੰ, ਕੋਈ ਤਾਂ ਮਿਲਿਆ ਇਸ ਪਿੰਡ 'ਚ ਸਾਡੇ ਵੇਲੇ ਦਾ, ਸਾਡੇ ਬਜ਼ੁਰਗਾਂ ਦੇ ਵੇਲੇ ਦਾ, ਚਾਹੇ ਤੁਸੀਂ ਉੱਧਰ ਹੀ ਆਏ ਸੀ, ਇੱਥੇ ਕੋਈ ਨਹੀਂ ਮਿਲਣ ਦਾ ਉਸ ਵੇਲੇ ਦਾ ਬਚਿਆ ਅੱਜ ਤੱਕ। ਸਿਰਫ ਇੱਕ ਹੀ ਲੱਗਾ ਸਾਡਾ ਨਾਨਾ ਹੈ ਬਜ਼ੇਰਾ ਬੰਦਾ, ਬਕਾਇਆ ਉਹ ਹੀ ਨਾ ਬਾਬਾ ਜੀ ਨੂੰ, ਬਾਬਾ ਜੀ ਕਰਕੇ ਹੁਣ ਪਤਾ ਲੱਗ ਗਿਆ ਨਿਸ਼ਾਨੀਆਂ ਜਿਹੜੀਆਂ ਦੱਸੀਆਂ ਸਾਡੇ ਬਜ਼ੁਰਗਾਂ ਨੇ। ਪਾਣੀ ਦੀ ਪਾਣੀ ਲੈ ਕੇ ਜਾਣਾ ਇਸ ਘਰ ਤੋਂ ਅਤੇ ਮਿੱਟੀ ਲੈ ਕੇ ਜਾਣੀ ਆਪਦੇ ਬਜ਼ੁਰਗਾਂ ਵਾਸਤੇ, ਤੁਹਾਨੂੰ ਕੁਛ ਤਾਂ ਸੁਗਾਤ ਲੈ ਕੇ ਜਾਵਾਂ ਉਹਨਾਂ ਵਾਸਤੇ। ਦਿਖਾਊਂਗਾ ਜਿਹੜੀ ਮਿੱਟੀ ਜੋ ਖੇਡੇ ਨੇ, ਖੇਡ ਕੇ ਵੱਡੇ ਹੋਏ ਨੇ ਮੇਰੇ ਬਜ਼ੁਰਗ, 2-4 ਸਾਲ ਦੇ ਸੀ, ਮੇਰੇ ਭੂਆ ਜੀ 10-12 ਸਾਲ ਦੇ ਸੀ, ਇਸੇ ਮਿੱਟੀ 'ਚ ਖੇਡ ਕੇ ਵੱਡੇ ਹੋਏ ਨੇ, ਇਸੇ ਮਿੱਟੀ 'ਚ ਜੰਮੇ ਪਲੇ ਨੇ ਮੇਰੇ ਬਾਪੂ ਜੀ ਕਹਿੰਦੇ ਸੀ ਸਿੱਖ ਦਾ। ਪਾਣੀ ਉਸ ਸਾਈਡ 'ਤੇ ਦੱਸ ਰਹੇ ਨੇ ਕਿ ਉਹਨਾਂ ਦੇ ਹੀ ਪੁਰਾਣੇ ਘਰ ਦਾ, ਮੱਲੀ ਸਾਹਿਬ ਹੋਰਾਂ ਦੇ ਨਾ, ਉਸ ਸਾਈਡ 'ਤੇ ਕੋਈ ਦੀਵਾਰ ਖੜ੍ਹੀ ਹੈ ਅਤੇ ਉਹ ਚੱਲ ਕੇ ਦੇਖਦੇ ਹਾਂ ਕਿ ਉਹ ਅਜੇ ਕਿਵੇਂ ਸਲਾਮ ਅਤੇ ਇਹ ਲੈ ਕੇ ਆਏ ਇਹ ਪੁਰਾਣੀ ਟਾਇਲ, ਇਹਨਾਂ ਦੇ ਹੀ ਘਰ ਦੀ ਜਿਹੜੀ ਲੱਗੀ ਹੋਈ ਸੀ ਪੁਰਾਣੀਆਂ ਟਾਇਲਾਂ, ਉਹ ਇਹੀ ਉਹ ਨਾਨਕ ਸ਼ਾਹੀ ਇੱਟ ਜਿਹੜੀ ਸੀ ਪਤਲੀ ਇੱਟ ਜਿਹੜੀ ਪੁਰਾਣੀ ਹੈ ਉਹੀ ਅਜੇ ਇਹਨਾਂ ਹਵੇਲੀਆਂ ਦੀਆਂ ਕਿਧਰੇ ਕਿਧਰੇ ਮਿਲ ਜਾਂਦੀਆਂ। ਨਾਨਕ ਸਾਹਿਬ ਬੈਕ ਸਾਈਡ ਹੈ।
ਬਿਲਕੁਲ ਜੀ ਬਿਲਕੁਲ ਜੀ ਗੱਡੀ ਰੋਕ ਲਈ ਕੀ ਬਣਿਆ ਹੁਣ ਜਾਂਦਾ ਜਾਂਦਾ ਮੈਂ ਇੱਕ ਵਾਰ ਪਿੰਡ ਨੂੰ ਗੇਨ ਸਿੱਧਾ ਕਰਨਾ ਦੁਬਾਰਾ ਵੀ ਇਸ ਪਿੰਡ ਇਸ ਸੂਏ 'ਤੇ ਆਉਣ ਵਾਲੀਆਂ ਮੇਰੀਆਂ ਨਸਲਾਂ ਵੀ ਮੈਂ ਪ੍ਰੋਮਿਸ ਕਰਕੇ ਜਾਂਦਾ ਵੀ ਇਸ ਪਿੰਡ ਜ਼ਰੂਰ ਆ ਕੇ ਮੱਥਾ ਟੇਕੇ ਜਾਣਗੇ। ਇੰਨੀਆਂ ਕੁ ਮੈਂ ਯਾਦਾਂ ਉਹਨਾਂ ਨੂੰ ਜਿੰਨੀਆਂ ਕੁ ਯਾਦਾਂ ਮੇਰੇ ਵੱਡੇ ਵਡੇਰਿਆਂ ਨੇ ਸਾਡੇ ਵਾਸਤੇ ਸਾਂਭ ਕੇ ਰੱਖੀਆਂ ਸੀ ਉਹ ਮੈਂ ਯਾਦਾਂ ਹੁਣ ਪਰੋ ਕੇ ਲੈ ਚੱਲਿਆ ਹੁਣ ਹੁਣ ਜਾਂਦੀ ਵਾਰ ਜ਼ਿੰਦਗੀ ਰਹੀ ਤਾਂ ਦੁਬਾਰਾ ਆਵਾਂਗਾ। ਇਸ ਪਿੰਡ ਨੂੰ ਮੇਰਾ ਝੁੱਕ ਕੇ ਸਲਾਮ ਮੇਰੇ ਬਜ਼ੁਰਗਾਂ ਦੇ ਪਿੰਡ ਨੂੰ।